ਹੁਕਮਨਾਮਾ 59 ਇੱਕੋ ਓੰਕਾਰ ਸਤਿਗੁਰ ਪ੍ਰਸਾਦ ਲਿਖਤੋ ਦਿਆਲ ਸਿੰਘ ਤੇ ਕਿਰਪਾਲ ਸਿੰਘ ਜੋਗ ਉਪਮਾ ਭਾਈ ਸੁੱਧ ਸਿੰਘ ਤੇ ਅਤਰ ਸਿੰਘ ਫੂਲਾ ਸਿੰਘ ਹੋਰ ਸਰਬੱਤ ਕੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਮਾਨ ਕਰਨੀ ਮਾਈਆਂ ਬੀਬੀਆਂ ਸਰਬ ਕੋ ਰਾਮ ਸਤ ਬੁਲਾਈ ਵਾਚਨੀ ਹੋਰ ਅਸੀਂ ਸੁਖੀ ਆਨੰਦ ਹੈ ਆਪ ਕੋ ਗੁਰੂ ਸਾਹਿਬ ਸੁਖੀ ਆਨੰਦ ਰੱਖੇ ਹੋਰ ਜੀ ਇਹੋ ਅਰਦਾਸ ਮੈਂ ਸਾਰੀ ਸੰਗਤ ਕੇ ਵਾਸਤੇ ਲਿਖੀ ਹੈ ਭਾਈ ਸਿਆਮ ਸਿੰਘ ਤੇ ਭਾਈ ਬਘੇਲ ਸਿੰਘ ਪਾਸ ਹੈ ਸੋ ਤੁਸੀਂ ਇਸ ਅਰਦਾਸ ਦਾ ਉਤਾਰ ਕਰ ਲੈਣਾ ਉਤਾਰ ਕਰਕੇ ਜੋ ਤੁਮਾਰੇ ਪੱਬੇ ਹੋ ਕੀ ਸੰਗਤ ਹੈ ਸੋ ਸਭ ਕੋ ਸੁਣਾ ਦੇਣੀ ਜਿਹੜਾ ਇਸ ਅਰਦਾਸ ਨੂੰ ਸੁਣ ਕੇ ਮੰਨੇਗਾ ਉਸ ਨੂੰ ਬਹੁਤ ਲਾਭ ਹੋਵੇਗਾ ਸਤ ਪ੍ਰਤੀਤ ਕਰਕੇ ਜਾਣਨੀ ਅਰ ਤੂੰ ਫੂਲਾ ਸਿੰਘ ਦੀ ਧੀ ਨੂੰ ਅੱਛੀ ਤਰ੍ਹਾਂ ਅੱਖਰ ਪੜ੍ਹਾਏ ਦੇਈ ਅੱਛਾ ਹੋਆ ਵਿਆਹ ਕਰ ਲਿਆ ਭੋਗ ਵਾਸਨਾ ਰਹਿੰਦੀ ਤਾਂ ਬਹੁਤ ਬੁਰੀ ਸੀ ਨਾਲੇ ਨਾਗਾ ਕੋਟ ਵਾਲਾ ਆਂਦਾ ਹੁੰਦਾ ਸੀ ਅਖੇ ਛੜਾ ਤਾਂ ਪ੍ਰੇਤ ਹੁੰਦਾ ਹੈ ਕਬੀਲਦਾਰ ਚਤੁਰਭੁਜ ਹੋ ਜਾਂਦਾ ਹੈ ਪਰ ਜੀ ਕਬੀਲਦਾਰੀ ਦਾ ਫਿਕਰ ਬਹੁਤ ਹੋ ਜਾਂਦਾ ਹੈ ਅੱਛਾ ਅੱਗੇ ਤੂੰ ਕੱਲਾ ਭਜਨ ਬਾਣੀ ਕਰਦਾ ਸੀ ਜੇ ਲੜਕੇ ਵਾਲੇ ਹੋ ਗਏ ਦੋ ਚਾਰ ਸਾਧ ਦੇ ਬਹੁਤ ਭਜਨ ਬਾਣੀ ਕਰਨਗੇ ਬਖਸ਼ਨੇ ਤਾਂ ਸਾਰੇ ਗੁਰੂ ਮਹਾਰਾਜ ਨੇ ਹੈ ਛੜੇ ਤੇ ਕਬੀਲਦਾਰ ਵੀ ਗੁਰੂ ਗੁਰੂ ਜਪੋ ਤਕੜੇ ਹੋ ਕੇ ਇਹ ਅਰਦਾਸ ਦੇਣੀ ਭਾਈ ਅਤਰ ਸਿੰਘ ਨੂੰ ਕੋਟ ਕਛੂਏ ਚਿੱਠੀ ਲਿਖੀ ਚੇਤ ਸੁਦੀ 11 ਸਾਲ 1937